ਤੇ ਮੈਂ ਤਾਂ ਇਹੀ ਕਹਿੰਦਾ ਨੀ ਜੇ ਮਾਂ ਬੋਲੀ ਦੀ ਸੇਵਾ ਕਰਦੇ ਤਾਂ ਸੇਵਾ ਕਰਦੇ ਰਹੋ, ਮਾਂ ਬੋਲੀ ਨੂੰ ਤੁਹਾਨੂੰ ਸਰੋਤੇ ਪਿਆਰ ਦਿੰਦੇ ਨੇ, ਸਰੋਤਿਆਂ ਦਾ ਪਿਆਰ ਲਓ। ਜੇ ਉਹ ਬਣ ਵੀ ਗਿਆ, ਹੁਣ ਇਹ ਟਿੱਪਣੀਆਂ ਵੀ ਆਪਾਂ ਦੇਖਣੀਆਂ ਵੀ ਸਿੱਧੂ ਮੂਸੇਵਾਲਾ ਗਾਣਿਆਂ 'ਚ ਹੀ ਰਫਲਾਂ ਅਸਲੇ ਦਿਖਾਉਂਦਾ ਸੀ ਕਿ ਅੱਜ ਕੁਛ ਕਰਕੇ ਵੀ ਪੰਜਾਬ ਲਈ ਦਿਖਾਊਗਾ। ਮੈਂ ਕੀ ਕਰੂੰਗਾ ਰਾਜਨੀਤੀ 'ਚ ਪੈ ਕੇ, ਹੈਂ ਹੋਰ ਕਲਾਕਾਰ ਨਹੀਂ ਸਾਂਭੇ ਜਾਂਦੇ। ਹੁਣ ਦੇਖ ਲਾ ਵੀ ਰਾਜਨੀਤੀ ਨਹੀਂ, ਅਸੀਂ ਤਾਂ ਸਰੋਤਿਆਂ ਦੀ ਸੇਵਾ ਕਰਨੀ ਆ, ਭਜਨਾ ਅਮਲੀ ਤਾਂ ਸਰੋਤਿਆਂ ਦੀ ਸੇਵਾ ਕਰੂਗਾ। ਉਹ ਜਸਪਾਲ ਪੁੱਤ ਤੂੰ ਵੀ ਕੋਈ ਪਾਰਟੀ ਪਾਰਟੀ ਨਹੀਂ ਫੜਨੀ। ਮੈਂ ਤਾਂ ਇਹੀ ਕਹੂੰਗਾ ਵੀ ਜੇ ਕੁਛ ਬਣਦੇ ਹੋ ਜਾਂ ਇਨਸਾਨ ਬਣੋ, ਜੇ ਬਣਦੇ ਹੋ ਤਾਂ ਮੰਤਰੀ ਵਧੀਆ ਬਣ ਕੇ ਦਿਖਾਓ ਅਤੇ ਦੇਸ਼ ਤੁਹਾਡੇ ਮਗਰ ਹੋਵੇ। ਉਹ ਮਨਾਤਾ ਵੀ ਜਿਵੇਂ ਯੂਰੀਆ ਪਾਉਂਦੇ ਆਪਾਂ ਕਣਕ ਦੇ ਵਿੱਚ, ਵੀ ਜੱਟ ਨੂੰ ਇਹ ਚੱਕ ਲਿਆ, ਜੱਟ ਜੂਨੀਅਰ, ਜੱਟ ਫਲਾਣਾ, ਜੱਟ ਘੁਮਾਣਾ, ਜੱਟ ਲੁਧਿਆਣਾ, ਜੱਟ ਐਂ, ਜੱਟ ਉਹ, ਜੱਟ ਉਹ, ਵੀ ਇਹਨਾਂ ਨੇ ਜੱਟਾਂ ਦੇ ਸਿਰ ਤੋਂ ਪੈਸੇ ਬਣਾਏ ਨੇ, ਹੁਣ ਜੱਟਾਂ ਲਈ ਕਰਿਆ ਕੀ ਆ, ਦਿੱਲੀ ਬੈਠੇ ਨੇ ਜੱਟ। ਸਾਨੂੰ ਇਨਸਾਫ ਦਵਾ ਦੇ, ਅਸੀਂ ਘਰਾਂ ਨੂੰ ਚਲਾ ਜਾਂਗੇ। ਮੈਂ ਇਕੱਲੇ ਇਕੱਲੇ ਗੁਰਦੁਆਰੇ 'ਚ ਮੱਥਾ ਟੇਕ ਕੇ ਆਊਂਗਾ, ਭਾਵੇਂ ਉਹ ਚਮਕੌਰ ਸਾਹਿਬ ਦੀ ਧਰਤੀ ਆ, ਭਾਵੇਂ ਮਾਛੂਵਾੜੇ ਦੀ ਧਰਤੀ ਆ, ਚਾਹੇ ਫਤਿਹਗੜ੍ਹ ਦੀ ਧਰਤੀ ਆ। ਮੈਂ ਸਾਲ ਹੋ ਗਿਆ ਮੈਂ ਘਰੇ ਨਹੀਂ ਗਿਆ, ਅਤੇ ਮੈਂ ਧੰਨਵਾਦ ਕਰਦਾ ਇਹਨਾਂ ਆਰਵੀਰਾਂ ਦਾ। ਐਨਜ਼ੈੱਡ ਪੰਜਾਬੀ ਨਿਊਜ਼ 'ਤੇ ਤੁਹਾਡਾ ਸਵਾਗਤ ਹੈ, ਮੈਂ ਗੁਰਸ਼ਮਸ਼ੀਰ ਸਿੰਘ, ਅਸੀਂ ਸਿੰਘੂ ਬਾਰਡਰ ਕਿਸਾਨ ਮੋਰਚੇ ਦੇ ਉੱਪਰ ਹਾਂ, ਅਤੇ ਸਾਡੇ ਨਾਲ ਕਲਾਕਾਰ, ਪੰਜਾਬ ਦੇ ਕਲਾਕਾਰ ਨੇ ਜਿਹੜੇ ਕਿ ਕਮੇਡੀ ਕਲਾਕਾਰ ਨੇ, ਜਸਪਾਲ ਹੰਸ। ਉਹ ਵੱਖ ਵੱਖ ਕਲਾਕਾਰਾਂ ਦੇ ਆਵਾਜ਼ਾਂ ਦੇ ਵਿੱਚ ਆਪਣੀ ਪੇਸ਼ਕਾਰੀ ਕਰਦੇ ਨੇ, ਅਤੇ ਹੁਣ ਨੇੜੇ ਭਵਿੱਖ ਦੇ ਵਿੱਚ ਅਸੀਂ ਦੇਖਿਆ ਕਿ ਜਿਸ ਤਰ੍ਹਾਂ ਗਾਇਕ ਸਿੱਧੂ ਮੂਸੇਵਾਲਾ ਜਿਹੜੇ ਨੇ ਉਹ ਕਾਂਗਰਸ ਪਾਰਟੀ ਦਾ ਉਹਨਾਂ ਨੇ ਪੱਲਾ ਫੜਿਆ, ਤਾਂ ਆਪਾਂ ਜਸਪਾਲ ਹੰਸ ਹੁਣਾਂ ਤੋਂ ਜਾਣਾਂਗੇ ਕਿ ਉਹ ਕਿੱਦਾਂ ਦੇਖਦੇ ਨੇ ਇਹ ਸਾਰੇ ਅਮਲ ਨੂੰ, ਸਿੱਧੂ ਮੂਸੇਵਾਲੇ ਬਾਰੇ ਉਹਨਾਂ ਦੀ ਕੀ ਸਮਝ ਹੈ, ਜਾਂ ਉਹਨਾਂ ਦੇ ਗੀਤਾਂ ਨੂੰ ਉਹ ਕਿੱਦਾਂ ਪੇਸ਼ ਕਰਦੇ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਹਾਡਾ ਸਵਾਗਤ ਹੈ ਜੀ ਸਾਡੇ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਸਪਾਲ ਹੰਸ, ਕਮੇਡੀ ਕਲਾਕਾਰ। ਅੱਜ ਬੜਾ ਭਾਗਾਣਾ ਸਮਝਦਾ ਤੁਹਾਡਾ ਚੈਨਲ ਆ, ਜਿਹੜਾ ਦੇਸਾਂ ਪਰਦੇਸਾਂ 'ਚ ਹਰ ਖਬਰ ਨੂੰ ਕੈਚ ਕਰਦਾ। ਕੈਚ ਦਾ ਮਤਲਬ ਆ ਸਾਰੇ ਜਿੰਨੇ ਵੀ ਸਾਡੇ ਵੀਰ ਬੈਠੇ ਨੇ, ਪੰਜਾਬੀ ਬੈਠੇ ਨੇ, ਪੰਜਾਬੀ ਦਿਲਾਂ ਨੂੰ ਫੜੀ ਬੈਠੇ ਨੇ, ਉਹਨਾਂ ਨੂੰ ਖੁਸ਼ ਕਰਨ ਵਾਸਤੇ ਇਹ ਚੈਨਲ ਸਾਡੇ ਲਈ ਰਹਿ ਗਏ। ਬਾਕੀ ਹੁਣ ਟੀਨਾ ਦਾ ਟੀ ਵੀ ਵਾਲਾ ਹੈ ਨਹੀਂ ਵੀ ਅਸੀਂ ਘੁਮਾ ਘੁਮਾ ਕੇ ਉਹਦੀ ਖਬਰ ਦੇਖਾਂਗੇ। ਇਹੀ ਚੈਨਲ ਨੇ ਜਿਹੜੀ ਸਾਡੀ ਜ਼ਿੰਦਗੀ ਬਦਲ ਦਿੰਦੇ ਨੇ। ਇੱਕ ਤੁਹਾਡੀ ਮਾੜੀ ਇੱਕ ਲਸ਼ਕੋਰ ਪਈ ਹੋਈ ਕਲਾਕਾਰ 'ਤੇ ਮੁਸਕਾਨ ਆ ਜਾਂਦੀ ਹੈ ਚਿਹਰੇ 'ਤੇ, ਸਾਨੂੰ ਪਤਾ ਲੱਗ ਜਾਂਦਾ ਵੀ ਸਾਨੂੰ ਦੇਸਾਂ ਪਰਦੇਸਾਂ 'ਚ ਕੌਣ ਪਿਆਰ ਕਰਦਾ। ਅੱਜ ਇਹ ਪਿਆਰ ਕਰਨ ਵਾਸਤੇ ਚੈਨਲ ਸਾਰੇ ਪਹੁੰਚੇ ਹੋਏ ਨੇ ਸਿੰਘੂ ਬਾਰਡਰ ਦੇ ਉੱਤੇ, ਜਿੱਥੇ ਜਸਪਾਲ ਹੰਸ ਸਾਲਾਂ ਦਾ ਬੈਠਾ। ਸਾਲਾਂ ਦੇ ਵਿੱਚ ਜਸਪਾਲ ਹੰਸ ਨੂੰ ਆਕੜਾਂ ਵੀ ਪਈ, ਸੈਕੜਾਂ ਵੀ ਸਹਿਣੀਆਂ ਪਈਆਂ, ਅਤੇ ਬਹੁਤ ਕੁਛ ਸਹਿਣਾ ਪੈਂਦਾ। ਅਤੇ ਮੈਂ ਅੱਜ ਦੇ ਕਲਾਕਾਰਾਂ ਬਾਰੇ ਵੀ ਦੱਸਣਾ ਚਾਹੁੰਦਾ ਵੀ ਕਲਾਕਾਰ ਕਿਹੜੇ ਕਿਹੜੇ ਦਿਲ ਨੂੰ ਲੱਗਦੇ ਨੇ। ਤੁਸੀਂ ਕਿਹਾ ਵੀ ਤੁਸੀਂ ਸਾਲਾਂ ਦੇ ਬੈਠੇ ਹੋ ਕਿਸਾਨ ਮੋਰਚੇ 'ਤੇ, ਸਿੱਧੂ ਮੂਸੇਵਾਲੇ ਨੇ ਵੀ ਗਾਣੇ ਗਾਏ ਨੇ, ਹੁਣ ਸਿੱਧੂ ਮੂਸੇਵਾਲਾ ਕਾਂਗਰਸ 'ਚ ਚਲੇ ਗਏ, ਬਹੁਤ ਸਾਰੇ ਵਿਵਾਦ ਹੋ ਰਹੇ ਨੇ ਇਸ ਗੱਲ 'ਤੇ, ਤਾਂ ਤੁਹਾਨੂੰ ਕਿਵੇਂ ਲੱਗਦਾ ਵੀ ਸਿੱਧੂ ਮੂਸੇਵਾਲਾ ਜਿਹੜੇ ਕਾਂਗਰਸ 'ਚ ਗਏ ਨੇ, ਤੁਹਾਡਾ ਕੀ ਮੰਨਣਾ ਵੀ ਠੀਕ ਗੱਲ ਹੈ ਜਾਂ ਗਲਤ ਹੈ? ਹਰ ਬੰਦਾ ਇਹੀ ਸੋਚਦਾ ਵੀ ਪੌੜੀ ਲਾ ਕੇ ਮੈਂ ਉੱਚਾਈ 'ਚ ਚੁਬਾਰੇ 'ਤੇ ਚੜ੍ਹ ਜਾਵਾਂ ਜਾਂ ਚੁਬਾਰੇ ਤੋਂ ਥੱਲੇ ਨਹੀਂ ਉਤਰਨਾ ਹਾਂ। ਇਹੀ ਆ ਵੀ ਜੇ ਉਹ ਬਣੇ ਵੀ ਗਿਆ, ਹੁਣ ਇੰਨੇ ਕਲਾਕਾਰ ਬਣੇ ਨੇ, ਕਿਸੇ ਨੇ ਕੀ ਕਿਸੇ ਦਾ ਕੀ ਕਰਤਾ, ਮੈਂ ਟੱਚ ਨਹੀਂ ਟਿੱਪਣੀ ਨਹੀਂ ਲਾਉਂਦਾ ਕਿਸੇ 'ਤੇ। ਵੀ ਜਿੰਨੇ ਵੀ ਕਲਾਕਾਰ ਗਏ ਨੇ, ਸਾਡਾ ਤਾਇਆ ਜੀ ਗਿਆ ਹੰਸ ਰਾਜ ਹੰਸ, ਅਤੇ ਉਹਨੇ ਕੀ ਪੰਜਾਬ ਦਾ ਅਤੇ ਹੋਰ ਕਲਾਕਾਰਾਂ ਨੇ ਕੀ ਕਿਸੇ ਦਾ ਬਣਾਤਾ। ਅਤੇ ਮੈਂ ਤਾਂ ਇਹੀ ਕਹਿੰਦਾ ਵੀ ਜੇ ਮਾਂ ਬੋਲੀ ਦੀ ਸੇਵਾ ਕਰਦੇ ਤਾਂ ਸੇਵਾ ਕਰਦੇ ਰਹੋ, ਮਾਂ ਬੋਲੀ ਨੂੰ ਤੁਹਾਨੂੰ ਸਰੋਤੇ ਪਿਆਰ ਦਿੰਦੇ ਨੇ, ਸਰੋਤਿਆਂ ਦਾ ਪਿਆਰ ਲਓ। ਅਤੇ ਮੈਂ ਤਾਂ ਇਹੀ ਕਹੂੰਗਾ ਜੇ ਉਹ ਬਣ ਵੀ ਗਿਆ, ਹੁਣ ਇਹ ਟਿੱਪਣੀਆਂ ਵੀ ਆਪਾਂ ਦੇਖਣੀਆਂ ਵੀ ਸਿੱਧੂ ਮੂਸੇਵਾਲਾ ਗਾਣਿਆਂ 'ਚ ਹੀ ਰਫਲਾਂ ਅਸਲੇ ਦਿਖਾਉਂਦਾ ਸੀ ਕਿ ਅੱਜ ਕੁਛ ਕਰਕੇ ਵੀ ਪੰਜਾਬ ਲਈ ਦਿਖਾਊਗਾ। ਤੁਸੀਂ ਕਿਵੇਂ ਆਪਣੇ ਅੰਦਾਜ਼ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਜਾਣ ਨੂੰ ਜੇ ਬਿਆਨ ਕਰਨਾ ਹੋਵੇ ਕਿਵੇਂ ਬਿਆਨ ਕਰੋਗੇ? ਮੈਂ ਤਾਂ ਇਹੀ ਕਹੂੰਗਾ ਓਏ ਹੋਏ, ਉਹ ਮੈਂ ਗਿਆ ਹਲੇ ਦੋ ਤਿੰਨ ਮੰਤਰੀ ਸਤੋਂ ਸਾਹਿਬੇ ਨਹੀਂ ਗਏ, ਹੁਣ ਸਿੱਧੂ ਮੂਸੇਵਾਲਾ ਵੀ ਖੜ ਗਿਆ, ਉਹ ਬਾਗਾ ਕੱਲ੍ਹ ਸੋਲਾ, ਉਹ ਬੇਬੇ ਮੈਨੂੰ ਲੱਗਦਾ ਇਹਦੇ ਗਾਣੇ ਜ਼ਿਆਦਾ ਹੀ ਲੋਕਾਂ ਦੇ ਕੰਨਾਂ ਨੂੰ ਖੋਕ ਗਏ, ਕਲੀ ਮਿਸਰੀ ਮਗ ਬੋਲ ਗਏ, ਉਹ ਮੈਂ ਗਿਆ ਚੱਕਦਾ ਕੇ ਫਟੇ, ਉਹ ਬਾਈ ਜੇ ਤੂੰ ਬਣ ਗਿਆ, ਹੁਣ ਗੱਲ ਸਿਰੇ ਹੀ ਲਾਈ ਵਾਪਸ ਨਾ ਬੜੀ। ਤਾਂ ਜਿਵੇਂ ਤੁਸੀਂ ਇਹ ਸਾਰਾ ਦੱਸਿਆ, ਤੁਸੀਂ ਕਟਾਕਸ਼ ਕੀਤਾ, ਤਾਂ ਆਪਾਂ ਦੇਖਿਆ ਵੀ ਜਿਹੜੇ ਵੀ ਕਲਾਕਾਰ ਨੇ, ਕਲਾਕਾਰ ਜਾਂ ਤਾਂ ਫਿਲਮਾਂ ਵਾਲੇ ਪਾਸੇ ਨੂੰ ਬੜੀ ਛੇਤੀ ਭੱਜਦੇ ਨੇ, ਜਾਂ ਭੱਜਦੇ ਨੇ ਰਾਜਨੀਤੀ ਵਾਲੇ ਪਾਸੇ ਨੂੰ, ਤਾਂ ਇਹਦੀ ਵਜ੍ਹਾ ਤੁਸੀਂ ਕੀ ਮੰਨਦੇ ਹੋ? ਮੈਂ ਦੋ ਤਿੰਨ ਕਲਾਕਾਰਾਂ ਨੂੰ ਖੁਦ ਮੈਂ ਉਹਨਾਂ ਦੀਆਂ ਰੋਟੀਆਂ ਵੀ ਪਕਾਈਆਂ ਨੇ,
खुद उन्हां कोल मैं बैठ के देखिया भी राजनीति च जिहड़ा पै गया उहदा पैर किसे दा ही पैर लगदा नहीं तां डुक डोले ही खाई जांदा। ते असीं कई वारी आपस विच उहनां दे कोल बैठे बैठे कहणा उस्ताद जी तुसीं जे राजनीति च पै जाओ तां बहुत वधिया गल होगी। उह कहिंदा मैं की करूँगा राजनीति च पै के, हैं होर कलाकार नहीं सांभे जाते, हूँ देख ला भी राजनीति नहीं, असी तो सरोतियां की सेवा करनी है, भजन अमली तो सरोतियां की सेवा करूँगा। और जसपाल पुत तू भी कोई पार्टी पार्टी नहीं फड़नी। तो इदा मैं तो यही कहूँगा भी जे कुछ बनते हो ज इंसान बनो, जे बनते हो तो मंत्री वधिया बन के दिखाओ, तो देश थोड़े मगर होवे, तो देश रे तुसी मगर होवो। तो यह ना हो जिमें चूहा बिल्ली दे मगर, चूहा जान छड़ाउंदा बिल्ली तो वो कम हो। सिद्धू मूसेवाले दे गीतां नूं अपने अंदाज च गाउणा होवे तां किवें गाओगे? ओ पतंदर दे मैं कदे गीत ही नहीं सुने। क्यों नहीं सुने? उहदा इन्ना मशहूर गायक है। मशहूर तो हर चीज़ है जी, गोभी ला लो, सब्जी ला लो, सारी मशहूर है। जे मंडी च लैन चलो जो वह रेट बढ़ जाता, तो मशहूर तो हर चीज़ है। मिस पूजा भी मशहूर रही है। तो ताया जी ने हंसराज हंस उन्हों का गीत सुना दो फिर। ओहो उन्होंने गाना तो गाना ही आ, तो गाना तो गाना ही आ, तो गाना जो गाँव ती बड़ा प्यारा लगता थी। जो उन्हें यह कदम जहा रखा मैनू भी ए लग गया भी ताया जी ये थोड़ा जहा घट कर लो कदम। तो मैं इन्ना वो कहना असी दोने रसी जाए मनाओ कौन वे, मनाओ कौन वे। ठीक है जी। नहीं पर तुसी तो गल विचाले छड़ती ना, हुण उन्होंने सवाल पूछा है भी मनाऊ कौन, हुण तुसी गाह भी दसो ना भी क्यों कि कौन मनाऊगा। देखो जी मैं तो एक गल ये करूँगा, आ सियाने बैठे ने, बजुर्ग बैठे ने, ये अपने समय के इन्होंने गड्ढे भी रोड़े ने, ते बोल्द भी चलाए ने, ते खाल भी बाए ने। मैं तो यही कहूँगा जट दे पुत नूं खेत का ही कम करना चाहिए। जे खेती का करता तो खेत के विच ही जट सजदा, तो खेती तो बिना जट का ना नहीं। आ फिल्मा फिल्मा जो उवें इन्हां दा गलकंद बनाती, जट्टां दा नौ है ओह बनाता भी जिमें यूरिया पाने आप कणक दे विच भी जट नूं इह चक लिया, जट जूनियर, जट फलाना, जट घमाणा, जट लुधियाणा, जट आए, जट ओ, जट ओ। भी इन्होंने जटा के सिर तो पैसे बनाए ने, हुण जटा लई करिया की आ, दिल्ली बैठे ने जट किसान, ये दिल्ली बैठे ने। हुण मैं एक फिल्म बना रहा थी, मैं आ मजहबी ग्रैट, तो मेरे को पैसा नहीं थी, नहीं तो मैं बनानी थी भाई जेता जी की आधार पर फिल्म बनानी थी। मतलब जे असी हौसले दें, साड़ी कौम हौसले दें, तो ही जट्टा के डोले फड़कते ने। नहीं अज कोई उरे जिन्ने भी कलाकार ने पंजाब के, कोई प्रसिद्ध कलाकार ने जे अपने आप ने बॉलीवुड भी चाहते ने भी हाँ साडा सिक्का चलता, उन्होंने उरे क्यों सिक्का नहीं चलिया? उरे आते असी उन्होंने उन्होंने सुनते, वो सानू कोई साड़ी सुनते, असी सुनाते जा वो साड़ी सुनते। फिर कंगना रनौत का भी काफ़ी जिक्र है कलाकारी दे विच, पंजाब नाल भी उन्होंने खासा प्यार है, तो तुसी कंगना रनौत नू अपने अंदाज च कुछ कहोगे? मैं उन्हों की कह सकता, घोड़े की लगाम बंदे की जवान ये फिसल जाती है। मैं तो उन्होंने यही कहूँगा भी तू जट्टां दा खेड़ा सड़ दे, किसान दा खेड़ा सड़ दे, तू अपना कोई नाजी नीति काम कर ला, तू ना यह जे चक्करां च पै। कंगना ए कंगना मेरे कनी झाक, मैं नहीं ते तो कुछ मंगना, ते मेरे कनी झाक, ए झाक ती ती हुंदियां, भैन भैन हुंदियां, भूआ भूआ हुंदियां, मामी मामी हुंदियां, चाची चाची हुंदियां, तेनू केड़ी रिश्तेदारी तोली है सी है? ते कंगना तू ये किसानों का खेड़ा सड़ दे, नहीं तो सूली ते ही टंगना। तो सूली ते टंगण की गल की है, तो हुण साल हो गया किसान संघर्ष चलते, मोदी साहब थोड़े जे तो मन गए, हजे थोड़े जे रहिंदे ने, तां मोदी साहब नूं तुसीं अपने अंदाज च कुछ कह सकदे हो? मोदी साहब नूं देखो जी, दरख्त नूं फल लगदा, लगदा बापू फल, दरख्त नूं फल लगदा,
ਜਦੋਂ ਭਰ ਜਾਂਦਾ ਭਰ ਜਾਂਦਾ ਭਰ ਜਾਂਦਾ ਭਰ ਜਾਂਦਾ ਭਰ ਜਾਂਦਾ ਭਰ ਜਾਂਦਾ ਫਲ ਨਾਲ, ਉਹ ਫਿਰ ਆਪੇ ਥੱਲੇ ਨੂੰ ਝੁੱਕ ਜਾਂਦਾ, ਫਿਰ ਉਹਨੂੰ ਆਪਣੇ ਵਰਗੇ ਲੋਕ ਖਾਂਦੇ ਨੇ, ਨਹੀਂ ਉਹਨੂੰ ਰੋੜੇ ਨਹੀਂ ਪੈਂਦੇ, ਅਤੇ ਝੁਕਣਾ ਪੈਂਦਾ ਹੀ ਆ। ਭਾਵੇਂ ਆਪਾਂ ਗੁਰਦੁਆਰੇ ਝੁੱਕ ਲਓ, ਚਾਹੇ ਮੰਦਰ 'ਚ ਝੁੱਕ ਲਓ, ਚਾਹੇ ਬਾਬਾ ਫਰੀਦ ਦੀ ਜਗ੍ਹਾ 'ਤੇ ਝੁੱਕ ਲਓ, ਅਤੇ ਕਿਤੇ ਝੁੱਕ ਲਓ, ਝੁੱਕ ਹੀ ਮਿਲਣਾ, ਝੁੱਕ ਹੀ ਹਾਸਲ ਕਰਨਾ। ਹੁਣ ਕੱਲ੍ਹ ਸਾਡੇ ਗਵਾਂਢੀ ਦੀ ਜੀ, ਤੁਸੀਂ ਵੀ ਵੀਡੀਓ ਦੇਖੀ ਹੋਣੀ ਆ, ਕੁਲਵੀਰ, ਕੁਲਵੀਰ ਮੇਰੀ ਜਾਨ ਆ, ਉਹ ਸੰਨੀ ਦਿਓਲ ਦੇ ਘਰ ਗਿਆ, ਸੰਨੀ ਦਿਓਲ ਦੇ ਬੈਰੀਕੇਡ ਬੰਦ ਕਰਤੇ, ਉਹ ਮਨਾਉਣ ਗਿਆ ਵੀ ਹੁਣ ਵੀ ਤੂੰ ਆ ਜਾ, ਓਏ ਆ ਜਾ, ਤੂੰ ਪੰਜਾਬ ਦਾ ਪੁੱਤ ਆ, ਤੇਰੇ ਬਾਪ ਨੇ ਫਿਲਮਾਂ ਬਣਾ ਕੇ ਪੈਸਾ ਖਾਧਾ, ਪਗੜੀਆਂ ਬੰਨ ਬੰਨ ਕੇ ਤੁਸੀਂ ਪੈਸਾ ਕਮਾਇਆ, ਵੀ ਸਾਡੀ ਦੋ ਤਾਂ ਲਫ਼ਜ਼ ਸੁਣ ਲਾ, ਕੁਲਵੀਰ ਮੁਸ਼ਕਾਬਾਦ ਵਾਲਾ ਮੁੰਡੇ, ਉਹਦੇ ਮੁੰਡੇ ਵਰਗਾ ਮੁੰਡਾ ਨਹੀਂ ਹੋਣਾ, ਹਾਏ ਸਾਡਾ ਗਵਾਂਢੀ ਉਹ ਆ, ਪਰ ਉਹਦੇ ਵਰਗਾ ਇਨਸਾਨ ਨਹੀਂ ਹੋਣਾ। ਇਕੱਲੇ ਇਕੱਲੇ ਐਕਟਰਾਂ ਕੋਲ ਜਾ ਕੇ, ਕਈ ਤਾਂ ਐਕਟਰ ਉਹਨੇ ਮਨਾਏ ਨੇ, ਨਾਨਾ ਪਟਕਲ ਨੂੰ ਮਨਾਇਆ, ਨਾਨਾ ਪਟਕਲ ਕੋਲ ਗਿਆ, ਨਾਨਾ ਪਟਕਲ ਨੇ ਦਰਵਾਜ਼ਾ, ਨਾਨਾ ਪਟਕਲ ਨੇ ਦੇਖਿਆ ਬਈ, ਉਹ ਕਹਿੰਦਾ ਜੀ ਹਾਂ ਜੀ ਮੈਂ ਕੁਲਵੀਰ ਹਾਂ, ਆਓ ਆਓ ਕੁਲਵੀਰ, ਕਿਆ ਸੁਨੇਹਾ ਲੱਗਿਆ ਜੀ। ਉਹ ਕਹਿੰਦਾ ਜੀ ਕਿਸਾਨਾਂ ਨਾਲ ਆਪਾਂ ਨੇ ਰਹਿਣਾ, ਹਮ ਤਾਂ ਗਰੀਬ ਅਤੇ ਕਿਸਾਨ ਹੀ ਕੇ ਮੰਨਦੇ ਹਾਂ। ਐਸੇ ਆ, ਹੁਣ ਜੇ ਸੰਨੀ ਦਿਓਲ ਪਤੰਦਰ ਦਾ ਮੰਨ ਜਾਂਦਾ, ਸੰਨੀ ਦਿਓਲ ਉਹਦੇ ਲਈ ਦਰਵਾਜ਼ਾ ਖੋਲ੍ਹ ਲੈਂਦਾ, ਉਹ ਸੰਨੀ ਦਿਓਲ ਨੂੰ ਪੂਜ ਦਿੰਦਾ ਵੀ ਸਾਡੀ ਗੱਲ ਸੁਣ ਲੈਂਦਾ, ਉਹ ਤਾਂ ਇੱਦਾਂ ਹੀ ਕਰਨ ਲੱਗ ਗਿਆ, ਤਰੀਕ ਤਾਂ ਤਰੀਕ, ਤਰੀਕ ਤਾਂ ਤਰੀਕ, ਕਾਬਲ ਗੰਸਾਹ ਕਾਬਲ ਗੰਸਾਹ, ਕਿਸਾਨੋ ਕੋ ਸੜਕੋ ਮੈਂ ਆ ਚੁੱਕੇ, ਕਿਸਾਨ ਮਸੂਰ ਸੜਕੋ ਮੈਂ ਆ ਚੁੱਕੇ। ਆ ਫਿਰ ਮੋਦੀ ਨੇ ਤਰੀਕ ਸੱਤ ਪਾਤੀ ਵੀ ਸੱਤ ਨੂੰ ਹੋਊਗਾ ਫੈਸਲਾ ਜੀ। ਅਸੀਂ ਇਹ ਜਿਹੜੀਆਂ ਚੀਜ਼ਾਂ ਨੇ ਜੀ, ਇਹ ਸਾਰੀਆਂ ਨਾਲ ਲੈ ਕੇ ਜਾਵਾਂਗੇ, ਕੱਪੜੇ ਵੀ ਨਾਲ ਲੈ ਕੇ ਜਾਵਾਂਗੇ, ਜਿੰਨੀਆਂ ਝੁੰਗੀਆਂ ਨੇ ਸਾਰੀਆਂ ਨਾਲ ਲੈ ਕੇ ਜਾਵਾਂਗੇ, ਛੱਡਣਾ ਕੁਛ ਨਹੀਂ। ਜੇ ਅਸੀਂ ਛੱਡਤਾ ਬਾਅਦ 'ਚ ਇਹਨਾਂ ਨੇ ਕਬਜ਼ਾ ਕਰ ਲੈਣਾ। ਬੁੜੀਆਂ ਆਪਣੀਆਂ ਹੁਣ ਮੋਦੀ ਸਾਹਿਬ ਦਾ ਸਿਆਪਾ ਵੀ ਕਰਦੀਆਂ ਨੇ, ਗੁੱਡੀਆਂ ਵੀ ਫੂਕਦੀਆਂ ਨੇ, ਸਾਰਾ ਕੁਛ ਕਰਦੀਆਂ ਨੇ, ਤਾਂ ਤੁਹਾਨੂੰ ਕੀ ਲੱਗਦਾ ਵੀ ਹੁਣ ਸਾਲ ਮੋਦੀ ਸਾਹਿਬ ਨੇ ਇੱਥੇ ਰੱਖਿਆ ਪੰਜਾਬ ਨੂੰ, ਹੁਣ ਪੰਜਾਬੀ ਮੋਦੀ ਸਾਹਿਬ ਨੂੰ ਯਾਦ ਕਿਵੇਂ ਰੱਖਣਗੇ? ਯਾਦ ਯਾਦ ਉਹਨੂੰ ਰੱਖਣੇ ਆ, ਉਹ ਜਿਵੇਂ ਜੋਗਰਾਜ ਕਹਿੰਦਾ ਅਸੀਂ ਤਾਂ ਨੱਕ ਤੇ ਮੱਖੀ ਨਹੀਂ ਬੈਣ ਦਿੱਤੀ, ਤਾਂ ਮੱਖੀ ਖਾਣ ਨੂੰ ਮਜਬੂਰ ਕਰਦਾ ਮੋਦੀਆ। ਇੱਦਾਂ ਯਾਦ ਰੱਖਣਾ। ਅਤੇ ਕੀ ਸਮਝਦੇ ਹੋ ਫਿਰ ਜਿਹੜਾ ਇਹ ਸਾਰਾ ਹੁਣ ਚੱਲੀ ਜਾਂਦਾ, ਮੰਨ ਲਓ ਕਲਾਕਾਰਾਂ ਦਾ ਵੋਟਾਂ ਆਉਣੀਆਂ ਨੇ ਪੰਜਾਬ 'ਚ, ਮਨਿੰਦਰ ਸਿੰਘ ਤਾਂ ਹੁਣ ਬੀਜੇਪੀ ਨਾਲ ਚਲੇ ਗਏ, ਸਿਰਸਾ ਸਾਹਿਬ ਵੀ ਚਲੇ ਗਏ, ਵੋਟਾਂ ਦਾ ਕੀ ਰੰਗ ਬਣਦਾ ਲੱਗਦਾ? ਤੁਸੀਂ ਆਪਣਾ ਵੋਟਾਂ ਨੂੰ ਆਪਣੇ ਅੰਦਾਜ਼ 'ਚ ਬਿਆਨ ਕਰੋ। ਬਾਈ ਮੈਂ ਤਾਂ ਮੇਰੀ ਤਾਂ ਵੋਟ ਇੱਕ ਹੋ ਗਈ, ਜਦੋਂ ਮੈਂ ਥੌਂ ਪਾਇਆ ਮੇਰੀ ਵੋਟ ਇੱਕ ਹੋ ਗਈ, ਮੇਰੇ ਤਾਂ ਕੋਈ ਇਹ ਤਾਲਕ ਹੈ ਨਹੀਂ, ਵੋਟ ਨਵੀਂ ਕਾਰਡ ਹੋ ਗਿਆ, ਹਾਂ ਵੋਟ ਨਵੀਂ ਬਣੂਗੀ, ਤਾਂ ਕਿਤੇ ਆਪਾਂ ਅੱਗੇ ਪਿੱਛੇ ਜਾਵਾਂਗੇ। ਮੈਂ ਇਹੀ ਕਹੂੰਗਾ ਵੀ ਜਿਹੜੇ ਅੱਗੇ ਕੁਰਸੀਆਂ ਲਈ ਤਰਸਦੇ ਨੇ, ਪਹਿਲਾਂ ਆ ਇਹਨਾਂ ਸਿਆਣਿਆਂ ਦਾ ਵਿਯੋਗਾਂ ਦਾ ਹੱਲ ਕਰਕੇ ਜਾਣ, ਕੁਰਸੀ ਤਾਂ ਆਪੇ ਮਿਲ ਜਾਂਦੀ ਹੈ। ਜਦੋਂ ਆਪਣੇ ਕੋਈ ਪ੍ਰਾਹੁਣਾ ਆਉਂਦਾ, ਚਾਰ ਪ੍ਰਾਹੁਣੇ ਆ ਗਏ, ਛੇ ਆ ਗਏ, ਸੱਤ ਆ ਗਏ, ਜਦ ਨਹੀਂ ਆਪਾਂ ਕੁਰਸੀਆਂ ਉਡਾਉਂਦੇ, ਇਹ ਕੁਰਸੀ ਪਿੱਛੇ ਭੱਜ ਰਹੇ ਨੇ। ਪਹਿਲਾਂ ਇੱਧਰਲਾ ਮਸਲਾ ਹੱਲ ਹੋਣਾ ਚਾਹੀਦਾ ਜੀ, ਆਹ ਮਸਲਾ ਹੱਲ ਹੋਣਾ ਚਾਹੀਦਾ ਜੀ। ਕਿਸਾਨ ਜਿੱਤ ਗਏ, ਤੂੰ ਸਿਆਣਾ, ਸਭ ਤੋਂ ਵਧੀਆ ਸਿਆਣਾ ਬੰਦਾ, ਜੇ ਕਿਸਾਨ ਜਿੱਤ ਗਏ, ਇਹਨਾਂ ਨੇ ਆਪੇ ਕੁਰਸੀ ਮੂਹਰੇ ਕਰ ਦੇਣੀ ਸੀ। ਜਿੰਨੇ ਵੀ ਸਾਡੇ MLA ਨੇ ਸ਼ਹਿਰਾਂ ਦੇ ਵਿੱਚ, ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦਾ, ਉਹ ਵੀਰੇ ਇਕੱਲੇ ਨਹੀਂ ਜਿੱਤ ਸਕਦੇ, ਜਦੋਂ ਦੁਨੀਆ ਨੇ ਤੁਸੀਂ ਇਕੱਲੇ ਕਿਵੇਂ ਸਿੱਟ ਲਓਗੇ? ਫਿਰ ਤਾਂ ਇਹ ਆ ਵੀ ਪੈਸਾ ਸੁੱਟ ਕੇ, ਦੌਲਤ ਸੁੱਟ ਕੇ ਕਿਸੇ ਬੰਦੇ ਨੂੰ ਖਰੀਦ ਸਕਦੇ ਹਾਂ, ਤਾਂ ਉਹਨੂੰ ਅੱਗੇ ਕਰ ਸਕਦੇ ਹਾਂ। ਪਰ ਜਿਹੜਾ ਸਾਡੇ ਇਹਨਾਂ ਕਿਸਾਨਾਂ ਨੇ ਵੋਟ ਪਾਉਣੀ ਆ, ਉਹੀ ਬੰਦਾ ਚਾਹੇ ਕਿਸਾਨ ਖੜ ਜਾਵੇ, ਕਿਸਾਨ ਖੜ ਜਾਵੇ ਤਾਂ ਜ਼ਮੀਨ ਮਜ਼ਦੂਰ ਲਈ ਕਿਸਾਨ ਸੋਚੂਗਾ। ਅਤੇ ਮੈਂ ਤਾਂ ਇਹੀ ਕਹਿੰਦਾ, ਮੈਂ ਕਿਸੇ ਕਾਂਗਰਸ ਨੂੰ ਕਿਸੇ ਅਕਾਲੀ 'ਤੇ ਨਹੀਂ ਟਿੱਚ ਉਹ ਟਿੱਪਣੀ ਲਾਈ, ਮੈਂ ਚੰਨੀ ਨੂੰ ਵੀ ਧੰਨਵਾਦ ਕਰਦਾ ਵੀ ਭਾਈ ਮੇਰੇ ਕੋਲ ਸਾਈਕਲ ਆ, ਮੈਨੂੰ ਗੱਡੀ ਦਵਾ ਦੇ। ਵੀ ਜੇ ਤੂੰ ਚੰਨੀ ਸਾਹਿਬ ਕਹਿੰਦੇ ਮੈਂ ਆਮ ਆਦਮੀ ਹਾਂ, ਤੁਹਾਨੂੰ ਲੱਗਦਾ ਵੀ ਉਹ ਆਮ ਆਦਮੀ ਹੈਗੇ ਨੇ? ਆਮ ਚੰਨੀ ਜਿਹੜਾ ਇੱਕ ਸਾਡਾ ਇਹੋ ਜਿਹਾ ਉਹ ਆ ਵੀ ਉਹਨਾਂ ਜਿੱਥੇ ਗਾਉਣ ਦਾ ਸ਼ੌਂਕ ਆ, ਉਹਨੂੰ ਲਿਖਣ ਦਾ ਸ਼ੌਂਕ ਆ। ਅਤੇ ਮੈਂ ਤਾਂ ਇਹੀ ਕਹੂੰਗਾ ਚੰਨੀ ਸਾਹਿਬ,
7 तरीक नूं सानूं इंसाफ मिलना चाहिए जिन्ने भी साढ़े ते 7 तरीक नूं सानूं इंसाफ दवा दे असीं घरां नूं चला जाएंगे। मैं कल्ले कल्ले गुरुद्वारे च मत्था टेक के आऊँगा, भावें वह चमकौर साहब की धरती है, भावें माछूवाड़े की धरती है, चाहे फतेहगढ़ की धरती है, मैं सद के सरा फतेह बुला के मैं उत्थे फिर दिल मैं खुल के फिर अपने घर जाना। मैं साल हो गया मैं घर नहीं गया, तो मैं धन्यवाद करता इन आर वीर का। ठीक है NRI वीर का। तो हूँ मैं ये दसो, चलो सारिया गल् हो गई पर एक आप सीरीयस गल करते हैं, जिमें तुम लोग हो हूँ तुम कलाकार हो, हाँ कमेडियन हो, तो थोनों की लगता भी जी गुजर बसर है जोड़ा पैसे ने जिंदगी ने पैसे ने चलना है, ठीक है, तो जी कलाकार की स्थिति कि देखते हो, कलाकार की स्थिति की है अज के दौर च? कलाकार जिन्हें भी नामी कलाकार ने जिमें भलवान आ कलाकार आ ड्राइवर आ कोई भी साड़ी जड़े ठोल्ट विच आ जांदे ने, इन्हां दी जिंदगी दा थोड़ा जिहा मसला गंभीर हो जांदा। पैसा हर कमें पैसा भी नहीं कम आउंदा, जदों बंदे दी आय लग रही हुण जी साढ़े ऐसा कलाकार सी राही साहब उहदे कोल पैसा हुंदा भी उहना इलाज नहीं करा सके, ते मतलब इह आ वी कलाकार लई इक सरकार नूं चाहीदा भी जिहड़ा कलाकार गरीब आ चाहे अमीर आ उहदा इलाज सरकार नूं फ्री करना चाहीदा। ते बाकी मैं धन्नवाद करदा मेरे वीर थांदी साहब दा गड़बड़ाने तो शेर गिल जी दा जी जिहड़े कोच ने उन्होंने मैनू 11,000 दे के सम्मानित करना नवें शहर दे विच, ते मैं इन्हां दोहां रूहां दा धन्नवाद करदा, ते थांदी साहब दा गड़बड़ाने तो ते शेर गिल दा, यही मेरे सब कुछ ने, मैनू खर्चा भी यही दिंदे ने, मेरे पिंड वालेयां ने तां बंद करता, मैनू पिंड वाला तां कोई नहीं दिंदा, मेरा मान सत्कार। पिंड वाले थोड़े खिलाफ क्यों हो गए? खिलाफ नहीं जी, पैसा ही मुक गया। एक घर दुध मुक जे चाह बनती नहीं होंगी, जे आपां एक घरों गिलास लैके चले जाइए परौणियां नूं सारियां नूं चाह मिल जाती है, तो वह कहिंदे साडे कोल पैसा मुक गया तू घरे आ जा। सच्ची गल है जी, मेरा पिंड हरियों वालों आ जी, मेरा हरियों वालों पिंड पंचायत कहती अज ऐसी तेन ढोल बजा के लियावे जी ते तेरे हार पावे, मैं कह जी जेडे तुसी मेरे हार पाने, मेरी माता सुखविंदर कौर ते मेरे पिता जी का मान करो जिन्होंने मैंने दलेरी दे के भेजा, मेरा कोई मान मान नहीं ना मेरा टूरनामेंट है, तो जे तुसी मेरा करते हो मेरे माँ बाप का जिन्हें मैनू उरे जड़ मना दिलाई है, गुरमीत सिंह हंस पिंड हरियों कलां वो भी बड़ा सोहना, मेरे डैडी जी बहुत चज करते हैं पुठे सीधे जे बीन बजाते ने बाजे बैंड। मेरा लास्ट सवाल है कि तुसी पंजाबियों की कहना चाहोगे, हुण किसान मोर्चा जित दे दहाने ते है, कुछ जित हो चुकी है ते अगों वोटां आउणियां ने, की कहना चाहोगे, सुनेहा की देना चाहते हो? सुनेहा यही देना चाहना भी जे जित गए हाथ जोड़दा उस सच्चा पातशाह वाहिगुरू मूहरे भी हर बंदे की गुड्डी चढ़नी चाहिए, हर बंदे का नाम होना चाहिए। मैं यही कहूँगा वीरो, मैं एक संदेश देना चाहना, मैसेज देना चाहना भी जे तुसी जित गए ये कितने गरीब नूं भुल ना जायो टूरनामेंटा ते, भी असी नहीं इहनूं इहदा बकवास मारदा दी, ये फलाना करदा दी, ये आए करदा दी, वीरे मैं थोड़ी कदर पाई आ, चाहे मेरा पिंड है उन्होंने भी बेनती है जे तुसी बाजे वाले ले आउणे एक दो दिन पहला साई दे आओ, तो हार लैके उन्होंने एक दो दिन पहला ले आओ दुकान तो, ते थोड़ा पता नहीं मैंने किने किने खिंच लेना बाहों फड़ के भी इधर चल तेरा मान सम्मान करना। धन्यवाद बहुत बहुत। ये सन जसपाल हंस कमेडी कलाकार जिन्होंने पंजाब के कलाकारां बाबत, पंजाब की राजनीति बाबत, तो किसान मोर्चे बाबत अपने जिहड़े विचार ने प्रगट किए ने, तो उन्हों का आखना है कि साल तो जुड़े हुए ने, तो जे पंजाब दे विच जदों किसान मोर्चे जित होनी है वो साड़ी सारियां दी जित है, तो दूसरा उन्हां दा आखना है कि जिहड़े कलाकार ने उन्हां नूं अपने ही काम दे उत्ते फोकस करना चाहिए, दूसरे जिहड़े खेत्र ने उन्हां दे विच अपनी किस्मत अजमाई नहीं करनी चाहिए, इहदे नाल कला नूं भी नुकसान होंदा, उन्हां नूं आप भी नुकसान होंदा, तो जिहड़ी उह क्रिएटिव काम कर सकते ने वह भी पिछे पैंदा। तो ये सारियां गल्लां दे नाल असीं तुहाडे तों विदा लैंदे हां। मैं गुरशमशीर सिंह सिंगू बॉर्डर दिल्ली।